ਸਰਨ ਸ਼ਸ਼ੀਕਲ ਸलाम ਨਮਸਕਾਰ ਤੁਹਾਡਾ ਚੈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਇਥੇ ਸਬਸਕ੍ਰਾਈਬ ਕਰਨੇ ਕੀ ਤਾਂ ਜ਼ਰੂਰ ਕਰ ਲੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਿਓ ਬਾਕੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਖੁਸ਼ਖਬਰੀਆਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਕੁਝ ਬੈਡ ਨਿਊਜ਼ ਵੀ ਹੋਣਗੀਆਂ ਤੇ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਹਾਂਜੀ ਹੁਣ ਚੱਲਦੇ ਹਾਂ ਜੀ ਆਪਣੀ ਸਭ ਤੋਂ ਜਿਹੜੀ ਵੱਡੀ ਖਬਰ ਹੈ ਜਿਹੜੀ ਕਿ ਇਟਾਲੀਅਨ ਲੋਕਾਂ ਦੇ ਨਾਲ ਵੀ ਸਬੰਧਤ ਹੈ ਤੇ ਜਿਹੜੇ ਯੂਰਪ ਦੇ ਵਿੱਚ ਬਾਕੀ ਲੋਕ ਰਹਿੰਦੇ ਹਨ ਆਪਣੇ ਇੰਡੀਅਨ ਉਹਨਾਂ ਦੇ ਨਾਲ ਵੀ ਇਹ ਜਿਹੜੀ ਖਬਰ ਹੈ ਜੀ ਸਬੰਧਤ ਹੈ ਉਹਨਾਂ ਹੁਣ ਜਿਹੜੀ ਵੈਕਸੀਨ ਤੁਸੀਂ ਨਾਮ ਸੁਣਿਆ ਹੈਗਾ ਕੋਵ ਵੈਕਸੀਨ ਜਿੱਦਾਂ ਕਿ ਪਿਛਲੇ ਸਮੇਂ ਤੋਂ ਇਟਲੀ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜੇ ਤੁਸੀਂ ਇਟਲੀ ਵਿੱਚ ਆਉਣਾ ਹੈ ਤੇ ਜਿਹੜੀ ਵੈਕਸੀਨ ਹੈ ਜੀ ਤੁਹਾਡੇ ਲੱਗੀ ਹੋਣੀ ਚਾਹੀਦੀ ਹੈ ਵੈਕਸੀਨ ਦੇ ਨਾਮ ਦੱਸੇ ਗਏ ਸਨ ਫਾਈਜ਼ਰ ਮੋਡਰਨਾ ਆਸਟਰਾਜੇਨਿਕਾ ਤੇ ਜੋਂਸਨ ਐਂਡ ਜੋਂਸਨ ਕਿਉਂਕਿ ਇਹ ਜਿਹੜੀਆਂ ਵੈਕਸੀਨ ਸਨ ਤੇ ਇਸ ਤੋਂ ਇਲਾਵਾ ਜਿਹੜੀ ਚੀਨ ਦੀ ਸਾਈਨੋਫਾਰਮ ਹੈ ਤੇ ਇਹ ਵੀ ਇਸ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਸ਼ਾਮਲ ਪੰਜ ਵੈਕਸੀਨ ਹੋਈਆਂ ਸਨ ਇਸ ਲਿਸਟ ਵਿੱਚ ਕਿਉਂਕਿ ਇਹਨਾਂ ਨੂੰ ਜਿਹੜੀ WHO ਵੱਲੋਂ ਜਿਹੜੀ ਐਮਰਜੈਂਸੀ ਯੂਸ ਦੇ ਵਾਸਤੇ ਜਿਹੜੀ ਕਿ ਮਨਜ਼ੂਰੀ ਮਿਲ ਚੁੱਕੀ ਸੀ ਹੁਣ ਇੰਡੀਆ ਦੇ ਵਿੱਚ ਲੋਕਾਂ ਨੇ ਕੀ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਕੋਵੀ ਸ਼ੀਲਡ ਵੈਕਸੀਨ ਲਗਵਾਈ ਤੇ ਕਈਆਂ ਨੇ ਕੋ ਵੈਕਸੀਨ ਲਗਵਾਈ ਹੁਣ ਇਹ ਵੀ ਜਿਹੜੀ ਖੁਸ਼ਖਬਰੀ ਇਹ ਹੈ ਇਸ ਚੀਜ਼ ਨੂੰ ਵੀ ਦੱਸਦੀ ਹੈ ਕਿ ਜਿਹੜੀ ਕੋ ਵੈਕਸੀਨ ਹੈ ਹైదరాబాద్ ਦੇ ਵਿੱਚ ਬਣਾਈ ਜਾਂਦੀ ਹੈ ਭਾਰਤ ਬਾਇਓਟੈਕ ਇਹਨਾਂ ਨੇ ਆਪ ਹੀ ਵਿਕਸਿਤ ਕੀਤੀ ਹੈ ਇੰਡੀਆ ਦੇ ਵਿੱਚ ਤੇ ਪੂਰੀ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਵਦੇਸ਼ੀ ਵੈਕਸੀਨ ਹੈ ਇਹਦੇ ਵਿੱਚ ਗੁੱਡ ਨਿਊਜ਼ ਇਹ ਹੈ ਕਿ ਜਿਹੜਾ WHO World Health Organization ਹੈ ਇਸ ਮਹੀਨੇ ਤੱਕ ਇਸ ਮਹੀਨੇ ਤੱਕ ਪੂਰੀ ਪੂਰੀ ਸੰਭਾਵਨਾ ਹੈ ਕਿ ਸਤੰਬਰ ਦੇ ਵਿੱਚ ਜਿਹੜੀ ਇਸ ਨੂੰ WHO ਦੇ ਵੱਲੋਂ ਜਿਹੜੀ ਹੈ ਜੀ ਪਰਮਿਸ਼ਨ ਮਿਲ ਜਾਵੇਗੀ ਜਿਹੜੇ অথੋਰਾਇਜ਼ ਸੂਤਰ ਹਨ ਉਹਨਾਂ ਤੋਂ ਜਿਹੜੀ ਇਹ ਜਾਣਕਾਰੀ ਮਿਲੀ ਹੈ ਬਾਕੀ ਜੇ ਇੰਡੀਆ ਦੇ ਹਿਸਾਬ ਦੇ ਨਾਲ ਦੇਖੀ ਤਾਂ ਇਹ ਜਿਹੜੀ ਕੋਵੈਕਸਿਨ ਹੈ ਉਹਨਾਂ ਟੀਕਿਆਂ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਿਹੜੇ ਭਾਰਤ ਦਾ ਡਰੱਗ ਰੈਗੂਲੇਟਰ ਤੇ ਐਮਰਜੈਂਸੀ ਜਿਹੜੀ ਹੈ ਉਹਦੇ ਵਾਸਤੇ ਵਰਤੋਂ ਦੀ ਮਨਜ਼ੂਰੀ ਮਿਲੀ ਹੋਈ ਹੈ ਬਾਕੀ ਉਮੀਦ ਕਰਦੇ ਹਾਂ ਕਿ ਜਿਹੜੀ ਇਸ ਨੂੰ ਜਲਦੀ ਤੋਂ ਜਲਦੀ ਜਿਹੜੀ ਮਨਜ਼ੂਰੀ ਮਿਲ ਜਾਵੇਗੀ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਉੱਤੇ ਅਗਲੀ ਖਬਰ ਜਿਹੜੀ ਆਪਣੀ ਫੂਡ ਕੰਪਨੀ ਦੇ ਨਾਲ ਸਬੰਧਤ ਹੈ ਤੁਸੀਂ ਜਾਣਦੇ ਹੋ ਕਿ ਫੋਰਡ ਜਿਹੜਾ ਮਾਰਕਾ ਵਧੀਆ ਮਾਰਕਾ ਹੈ ਤੇ ਬਹੁਤ ਵਧੀਆ ਜਿਹੜੀਆਂ ਇਸ ਦੀਆਂ ਕਾਰਾਂ ਹੁੰਦੀਆਂ ਹਨ ਪਰੰਤੂ ਫਿਰ ਵੀ ਕੀ ਹੋਇਆ ਕਿ ਫੋਰਡ ਜਿਸਨੇ ਕਿ ਇੰਡੀਆ ਦੇ ਵਿੱਚ ਵੀ ਆਪਣਾ ਜਿਹੜਾ ਕਾਰੋਬਾਰ ਖੋਲਿਆ ਸੀ ਹੁਣ ਇਸ ਕਾਰੋਬਾਰ ਨੂੰ ਇੰਡੀਆ ਦੇ ਵਿੱਚੋਂ ਸਮੇਟਣਾ ਪੈ ਰਿਹਾ ਹੈ ਜਿਹੜੀ ਕੰਪਨੀ ਵੱਲੋਂ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਜਿਹੜੀ ਫੋਰਡ ਇੰਡੀਆ ਹੈ ਜੀ ਇਸ ਟਾਈਮ ਭਾਰੀ ਨੁਕਸਾਨ ਦੇ ਵਿੱਚ ਚੱਲ ਰਹੀ ਹੈ ਕਿਸ ਕਰਕੇ ਜਿਹੜੀ ਕੰਪਨੀ ਇੰਡੀਆ ਦੇ ਵਿੱਚੋਂ ਆਪਣਾ ਕਾਰੋਬਾਰ ਸਮੇਟ ਰਹੀ ਹੈ ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਜਿਹੜੀ ਫੋਰਡ ਇੰਡੀਆ ਹੈ ਜੀ ਗੁਜਰਾਤ ਦਾ ਸਾਨੰਦ ਤੇ ਤਾਮਨ ਨਾ ਇਸ ਨੂੰ ਬੰਦ ਕਰਨ ਦੇ ਵਾਸਤੇ ਜਾ ਰਹੀ ਹੈ ਜਿਹੜੀ ਬੈਡ ਨਿਊਜ਼ ਫੋਰਡ ਦੇ ਵਾਸਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਇੰਡੀਆ ਤੋਂ ਹੀ ਆਈ ਹੈ ਇਸੇ ਤਰ੍ਹਾਂ ਦੱਸ ਦਈਏ ਕਿ ਜਿਹੜੀ ਫੋਰਡ ਹੈ ਜੀ ਇੱਕ ਅਮਰੀਕੀ ਕੰਪਨੀ ਹੈ ਤੇ ਇਸ ਦੇ ਆਪਣੇ ਦੇਸ਼ ਅਮਰੀਕਾ ਦੇ ਵਿੱਚੋਂ ਵੀ ਇਸ ਦੇ ਵਾਸਤੇ ਇੱਕ ਹੋਰ ਜਿਹੜੀ ਬੈਡ ਨਿਊਜ਼ ਆ ਚੁੱਕੀ ਹੈ ਇਸ ਟਾਈਮ ਤੁਹਾਨੂੰ ਇਹ ਦੱਸ ਦਈਏ ਕਿ ਫੋਰਡ ਕੰਪਨੀ ਦਾ ਇੱਕ ਮਾਡਲ ਹੈ ਜੀ ਫੋਰਡ ਦਾ ਇਕੋਸਪੋਰਟ ਜਿਹੜਾ ਕਿ ਤੁਸੀਂ ਸ਼ਾਇਦ ਇਟਲੀ ਦੇ ਵਿੱਚ ਵੀ ਦੇਖਿਆ ਹੋਵੇਗਾ ਇਹ ਇਸ ਟਾਈਮ ਜਿਹੜਾ ਕੰਪਨੀ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਇੱਕ ਮਾਡਲ ਹੈ ਹੁਣ ਇਸ ਇਕੋਸਪੋਰਟ ਕਾਰ ਨੂੰ ਜਿਹੜਾ ਹੈ ਜ ਅਮਰੀਕਾ ਦੇ ਵਿੱਚ ਵੀ ਬੰਦ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਮਈ 2022 ਦੇ ਅਦ ਤੱਕ ਜਿਹੜੀ ਇਸ ਦੀ ਪ੍ਰੋਡਕਸ਼ਨ ਹੋ ਸਕਦਾ ਹੈ ਕਿ ਬੰਦ ਹੋ ਜਾਵੇ ਕਿਉਂਕਿ ਜਿਹੜੀ ਇਸ ਦੀ ਵਿਕਰੀ ਹੈ ਜੀ ਅਮਰੀਕਾ ਦੇ ਵਿੱਚ ਲਗਾਤਾਰ ਘਟ ਰਹੀ ਹੈ ਚਲਦੇ ਹਾਂ ਜ ਆਪਣੀ ਅਗਲੀ ਖ਼ਬਰ ਦੁੱਤੇ ਅਗਲੀ ਖ਼ਬਰ ਜਿਹੜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਹੈ ਤਰੀਕ ਯਾਦ ਰੱਖਿਓ 20 ਸਤੰਬਰ 2021 ਤੀਸਰਾ ਜਿਹੜਾ ਡੋਜ਼ ਹੈ ਜੀ ਟੀਕੇ ਦਾ ਲੱਗਣਾ ਸ਼ੁਰੂ ਹੋ ਜਾਵੇਗਾ ਫਿਲੀਲੋ ਸਾਹ ਨੇ ਜਿਹੜੀ ਹੈ ਜੀ ਕੋਸ਼ਨਾ ਇਸ ਚੀਜ਼ ਦੀ ਕਰ ਦਿੱਤੀ ਹੈ ਹੁਣ ਟੀਕਾ ਲੱਗਣਾ ਕਿਹਦੇ ਹੈ ਵੀ ਧਿਆਨ ਦੇ ਨਾਲ ਸੁਣੋ ਇਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਇਟਲੀ ਦੇ ਵਿੱਚ ਜਿਹੜੇ ਕੇਸਿਸ ਵਗੈਰਾ ਨਵੇਂ ਆਏ ਇਹਨਾਂ ਦੀ ਜਿਹੜੀ ਗਿਣਤੀ ਹੈ ਜੀ ਕਾਫੀ ਘਟ ਚੁੱਕੀ ਹੈ ਕੇਸ ਜਿਹੜੇ 2800 ਨਵੇਂ ਕੇਸ ਆਇਆ ਹੈ 36 ਲੋਕਾਂ ਦੀ ਡੈਥ ਹੋਈ ਹੈ ਹੁਣ ਚਲਦੇ ਹਾਂ ਜੀ ਅਗਲੀ ਖਬਰ ਦੇ ਉੱਤੇ ਤੀਸਰੀ ਡੋਜ਼ ਕਿਹਨਾਂ ਲੋਕਾਂ ਨੂੰ ਲੱਗੇਗੀ ਤੀਸਰੀ ਡੋਜ਼ ਜਿਹੜੀ ਹੈ ਜੀ 20 ਸਤੰਬਰ ਤੋਂ ਲੱਗਣੀ ਚਾਲੂ ਹੋ ਜਾਏਗੀ ਫਿਲੀਲੋ ਸਾਹ ਦੇ ਅਨੁਸਾਰ ਜਿਹੜੀ ਉਹਨਾਂ ਨੇ ਕੋਸ਼ਨਾ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਇਹਦੇ ਵਿੱਚ ਜਿਹੜਾ ਇਸ ਨੂੰ ਸੌ ਤੋਂ ਪਹਿਲਾਂ ਸਟਾਰਟ ਕੀਤਾ ਜਾਏਗਾ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੂੰ ਕਿਸ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਸਾਰੇ ਲੋਕਾਂ ਦੇ ਵਾਸਤੇ ਜਿਹੜਾ ਇਸ ਨੂੰ ਸਟਾਰਟ ਨਹੀਂ ਕੀਤਾ ਜਾਵੇਗਾ ਫਿਲਹਾਲ ਬਾਕੀ ਤੁਹਾਨੂੰ ਇੱਥੇ ਵੀ ਦੱਸਦੇ ਕਿ ਇਟਲੀ ਵਿੱਚ ਹੁਣ ਤੱਕ 8 ਕਰੋੜ 9 ਲੱਖ 2858 ਜਿਹੜੀਆਂ ਵੈਕਸੀਨਾਂ ਹਨ ਜੀ ਲੋਕਾਂ ਦੀ ਲੱਗ ਚੁੱਕੀਆਂ ਹਨ ਟੋਟਲ ਵੱਧੀ 6 ਕਰੋੜ ਦੀ ਹੈ ਤੇ ਇਸ ਕਰਕੇ ਕਈਆਂ ਦੇ ਦੋ-ਦੋ ਵੈਕਸੀਨ ਲੱਗੀਆਂ ਨੇ ਇਸ ਕਰਕੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ 8 ਕਰੋੜ ਤੋਂ ਜ਼ਿਆਦਾ ਜਿਹੜੀਆਂ ਵੈਕਸੀਨ ਲੋਕਾਂ ਦੇ ਹੁਣ ਤੱਕ ਇਟਲੀ ਨੇ ਲਾ ਦਿੱਤੀਆਂ ਗਈਆਂ ਹਨ ਹੋਣ ਇੱਕ ਸਵਾਲ ਆਇਆ ਸੀ ਜਵਾਬ ਤੁਹਾਨੂੰ ਉਸ ਦਾ ਦੱਸ ਦਈਏ ਕੀ ਪੁੱਛਿਆ ਗਿਆ ਸੀ ਕਿ ਇੰਡੀਆ ਵਿੱਚ ਕਿੰਨੀਆਂ ਕਿ ਵੈਕਸੀਨ ਲਾ ਦਿੱਤੀਆਂ ਗਈਆਂ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਬਾਰੇ ਦੱਸ ਦਈਏ ਕਿ ਇੰਡੀਆ ਦੇ ਵਿੱਚ 75 ਕਰੋੜ ਤੋਂ ਜ਼ਿਆਦਾ ਵੈਕਸੀਨ ਜਿਹੜੀਆਂ ਹਨ ਲੋਕਾਂ ਦੇ ਲਾ ਦਿੱਤੀਆਂ ਗਈਆਂ ਹਨ ਮਤਲਬ ਇੰਡੀਆ ਟੀਕਾ ਲਾਉਣ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਬਹੁਤ ਜ਼ਿਆਦਾ ਅੱਗੇ ਹੈ ਜਿ ਇਟਲੀ ਤੋਂ 10 ਗੁਣਾ ਜ਼ਿਆਦਾ ਸਪੀਡ ਦੇ ਨਾਲ 10 ਗੁਣਾ ਜ਼ਿਆਦਾ ਲੋਕਾਂ ਨੂੰ ਜਿਹੜੀ ਵੈਕਸੀਨ ਹੈ ਜੀ ਇੰਡੀਆ ਦੇ ਵਿੱਚ ਲੱਗ ਚੁੱਕੀ ਹੈ ਬਾਕੀ ਅੱਜ ਤੋਂ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਗ੍ਰੀਨ ਪਾਸ ਹੈ ਇਸ ਨੂੰ ਰੈਸਟੋਰੈਂਟ ਦੇ ਵਿੱਚ ਤੇ ਬਾਹਰ ਦੇ ਵਿੱਚ ਜਾਣ ਦੇ ਵਾਸਤੇ ਜਿਹੜ ਕਰ ਦਿੱਤਾ ਗਿਆ ਹੈ ਪਰੰਤੂ ਜਿਹੜੇ ਮਾਸਕ ਹੋਣਗੇ ਉਹ ਜਿਹੜੇ ਮਤਲਬ ਆਪਾਂ ਕੋਈ ਮਾਸਕ ਲਾਉਣ ਦੀ ਆਪਾਂ ਲੋੜ ਨਹੀਂ ਪਵੇਗੀ ਜੇ ਕੋਈ ਬਾਹਰ ਇਵੈਂਟਸ ਵਗੈਰਾ ਵੀ ਹੋ ਰਹੀਆਂ ਹਨ ਬਾਕੀ ਗੱਲ ਕਰ ਲਈਏ ਪੂਰੇ ਯੂਰਪ ਦੀ ਪੂਰੇ ਯੂਰਪ ਦੇ ਵਿੱਚ ਜਿੰਨੇ ਵੀ ਦੇਸ਼ਾਂ ਨੇ ਦੇਸ਼ਾਂ ਦੇ ਵਿੱਚੋਂ ਸਿਰਫ ਦੋ ਹੀ ਦੇਸ਼ ਇਹੋ ਜਿਹੇ ਹਨ ਜਿਨ੍ਹਾਂ ਦੇ ਵਿੱਚ ਇੱਕ ਦੇਸ਼ ਇਟਲੀ ਹੈ ਤੇ ਦੂਜਾ ਹੈ ਜਰਮਨ ਸਿਰਫ ਇਹਨਾਂ ਦੋ ਦੇਸ਼ਾਂ ਦੇ ਵਿੱਚ ਜਿਹੜੀ ਆਈਸੀਯੂ ਨੂੰ ਆਪ ਇੰਟੈਂਸਿਵ ਕੇਅਰ ਯੂਨਟ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਜਿਹੜੀ ਲੋਕਾਂ ਦੀ ਗਿਣਤੀ ਹੈ ਜੀ ਲਗਾਤਾਰ ਵੱਧਦੀ ਜਾ ਰਹੀ ਹੈ ਸਿਰਫ ਦੋ ਦੇਸ਼ਾਂ ਦੇ ਵਿੱਚ ਬਾਕੀ ਨੈਕਸਟ ਖਬਰ ਜਿਹੜੀ ਇੰਗਲੈਂਡ ਦੇ ਨਾਲ ਸੰਬੰਧ ਦੇ ਯੂਕੇ ਦੇ ਨਾਲ ਸੰਬੰਧ ਦੇ ਯੂਕੇ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੱਡੀ ਖਬਰ ਮਤਲਬ ਵੱਡਾ ਡਾਟਾ ਜਿਹੜਾ ਹੈ ਜਿਹੜਾ ਕਿ ਸਾਰਿਆਂ ਦੇ ਵਾਸਤੇ ਜਾਣਨਾ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਦੇ ਇੰਜੈਕਸ਼ਨ ਲੱਗਾ ਹੋਇਆ ਉਹਨਾਂ ਦੇ ਵਾਸਤੇ ਜਿਹੜੀ ਗੱਲ ਜਾਣਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੋਇਆ ਇਸ ਤਰ੍ਹਾਂ ਹੈ ਕਿ ਜਿਹੜੇ ਜਿਹੜੇ ਲਾਸਟ 6 ਮਹੀਨੇ ਹਨ ਜੀ 6 ਮਹੀਨੇ ਚੈੱਕ ਕੀਤੇ ਗਏ ਹਨ ਇੰਗਲੈਂਡ 'ਚ ਤੁਹਾਨੂੰ ਪਤਾ ਹੈ ਕਿ ਜਿਹੜਾ ਟੀਕਾ ਬਹੁਤ ਜ਼ਿਆਦਾ ਲੋਕਾਂ ਦੇ ਲਾਇਆ ਦਿੱਤਾ ਗਿਆ ਸੀ ਤੇ ਹੁਣ ਜਿਹੜੇ ਲੋਕਾਂ ਦੇ ਇੰਜੈਕਸ਼ਨ ਵੇਅ ਲੱਗੇ ਉਹ ਲੋਕ ਵੀ ਹਸਪਤਾਲਾਂ ਵਿੱਚ ਜਿਹੜੇ ਭਰਤੀ ਹੋਏ ਅਤੇ ਜਿਹੜੇ ਅਨਵੈਕਸੀਨੇਟ ਲੋਕ ਸਨ ਇਹ ਵੀ ਜਿਹੜੇ ਹਸਪਤਾਲਾਂ ਵਿੱਚ ਭਰਤੀ ਹੋਏ ਤੇ ਦੇਖਿਆ ਗਿਆ ਕਿ ਇਸ ਸਮੇਂ ਦੇ ਵਿੱਚ 6 ਮਹੀਨੇ ਦੇ ਵਿੱਚ ਜਿੰਨੇ ਵੀ ਲੋਕਾਂ ਦੀ ਡੈਥ ਯੂਕੇ ਦੇ ਵਿੱਚ ਹੋਈ ਹੈ ਗ੍ਰੈਂਡ ਦੇ ਵਿੱਚ ਸਪੈਸ਼ਲੀ ਤੌਰ ਤੇ ਇਹਦੇ ਵਿੱਚ ਸਿਰਫ ਜਿਹੜੇ 1% ਹੀ ਲੋਕ ਉਸਨ ਜਿਨ੍ਹਾਂ ਦੇ ਟੀਕਾ ਲੱਗਾ ਹੋਇਆ ਸੀ ਬਾਕੀ 99% ਜਿਹੜੇ ਮਰਨ ਵਾਲੇ ਲੋਕ ਸਨ ਇਹ ਸਾਰੇ ਬਿਨਾਂ ਜਿੱਦਾਂ ਕੀ ਵੈਕਸੀਨ ਤੋਂ ਲੋਕ ਸਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਈ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵੈਕਸੀਨ ਲਗਾਉਣ ਦੇ ਨਾਲ ਜਿਹੜੀ ਮੌਤ ਦਰ ਹੈ ਜਿਹਦੇ ਵਿੱਚ ਕਿੰਨੀ ਜ਼ਿਆਦਾ ਕਮੀ ਆਈ ਹੈ ਇਸ ਖਬਰ ਨੂੰ ਮਤਲਬ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਵੈਕਸੀਨ ਜਿਹੜੇ ਲੋਕ ਵੈਕਸੀਨ ਲੈ ਰਹੇ ਹਨ ਜਿਨ੍ਹਾਂ ਨੇ ਵੈਕਸੀਨ ਲੈ ਲਈ ਹੈ ਉਹਨਾਂ ਦੇ ਵਾਸਤੇ ਆਪਾਂ ਇਸ ਨੂੰ ਇੱਕ ਗੁੱਡ ਨਿਊਜ਼ ਦੇ ਤੌਰ ਤੇ ਹੀ ਮੰਨ ਕੇ ਚੱਲਾਂਗੇ ਕਿ ਇੱਕ ਗੁੱਡ ਨਿਊਜ਼ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਵੈਕਸੀਨ ਲਗਵਾ ਲਈ ਹੈ ਬਾਕੀ ਜਿਹੜੀ ਮਹੇਰ ਨਾਲ ਵੈਕਸੀਨ ਹੈ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਸ ਦੇ ਉੱਤੇ ਦੁਆਰਾ ਜਿਹੜਾ ਡਾਟਾ ਫਿਰ ਆਇਆ ਹੈ ਇਹ ਜਿਹੜੀ ਫਾਈਜ਼ਰ ਦੇ ਉੱਪਰ ਜਿਹੜੀ ਹੈ ਜੀ ਇਹ ਵਿਜੇ ਪਾ ਚੁੱਕੀ ਹੈ ਮਤਲਬ ਫਾਈਜ਼ਰ ਤੋਂ ਇਹ ਅੱਗੇ ਨਿਕਲ ਚੁੱਕੀ ਹੈ ਮਦੇਰਨਾ ਜੇ ਆਪਾਂ ਇਸ ਨੂੰ ਡੈਲਟਾ ਵੇਰੀਐਂਟ ਦੇ ਖਿਲਾਫ ਜਿਹੜੀ ਲੜਾਈ ਹੈ ਯੁੱਧ ਵਿੱਚ ਦੇਖੀਏ ਤਾਂ ਹੁਣ ਚਲਦੇ ਹਾਂ ਆਪਣੀ ਅਗਲੀ ਖਬਰ ਉੱਤੇ ਅਗਲੀ ਖਬਰ ਜਿਹੜੀ ਆਪਣੀ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਕੁਝ ਪਰਸੈਂਟੇਜ ਜਿਹੜੀ ਉਹਨਾਂ ਦੀ ਇੱਥੇ ਇਟਲੀ ਦੇ ਵਿੱਚ ਵਸਦੀ ਹੈ ਇਹਦੇ ਵਿੱਚ ਇਹ ਦੱਸ ਜੇ ਕਿ ਸਰਕਾਰ ਜਿਹੜੀ ਹੈ ਜੀ ਗ੍ਰੀਨ ਪਾਸ ਨੂੰ ਵਧਾਉਣ ਦੇ ਉੱਤੇ ਸੋਚ ਰਹੀ ਹੈ ਇਹਦੇ ਵਾਸਤੇ ਉਹਨਾਂ ਲੋਕਾਂ ਦੇ ਵਾਸਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦੇ ਹਨ ਹੁਣ ਤੁਸੀਂ ਜੇਕਰ ਫੈਕਟਰੀ ਵਿੱਚ ਕੰਮ ਕਰਦੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੀ ਫੈਕਟਰੀ ਦੇ ਵਿੱਚ ਕੁਝ ਲੋਕਾਂ ਨੇ ਵੈਕਸੀਨ ਲਗਵਾਈ ਹੈ ਤੇ ਕੁਝ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਤੇ ਉਹ ਕਹਿੰਦੇ ਹਨ ਕਿ ਉਹ ਵੈਕਸੀਨ ਨਹੀਂ ਲਗਵਾਉਣਗੇ ਜੋਰ ਜੇਤੀ ਸਾਹਿਬ ਦੇ ਅਨੁਸਾਰ ਜਿਹੜਾ ਇਹਨਾਂ ਨੇ ਵੀ ਐਨ ਦਿੱਤਾ ਇਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਵੈਕਸੀਨ ਹੈ ਜੀ ਫੈਕਟਰੀਆਂ ਦੇ ਵਿੱਚ ਲਗਣੀ ਜ਼ਰੂਰੀ ਹੈ ਜਿਹੜਾ ਗ੍ਰੀਨ ਪਾਸ ਹੈ ਜੀ ਇਸ ਨੂੰ ਸਾਰਿਆਂ ਦੇ ਵਾਸਤੇ ਬੁਰੀਗਾ ਤਰੀਕੂ ਕਰਨਾ ਚਾਹੀਦਾ ਹੈ ਇਹਨਾਂ ਦਾ ਜਿਹੜਾ ਫੈਸਲਾ ਹੈ ਜੀ ਇਸ ਜਿੱਦਾਂ ਕਿ ਇੱਕ ਵੱਡੇ ਅਹੁਦੇ ਦੇ ਉੱਤੇ ਹਨ ਹੈਨ ਤੇ ਅਗਰੇ ਕੋਈ ਗੱਲ ਕਹਿੰਦੀਆਂ ਤੇ ਇਸਾ ਜਿਹੜਾ ਮਤਲਬ ਹੁੰਦਾ ਹੈ। ਇਸ ਕਰਕੇ ਨਾਲ ਜਿਹੜਾ ਰਿਜ਼ਲਟ ਇਹ ਹੀ ਨਿਕਲੇਗਾ ਕਿ ਕਿਉਂਕਿ ਯਾਨੀ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨ ਜਿਹੜੀ ਹੈ ਜੀ ਬਹੁਤ ਜਲਦੀ ਇਟਲੀ ਦੇ ਵਿੱਚ ਉਬਰੀਗਾ ਤੁਰਿਓ ਕਰ ਦਿੱਤੀ ਜਾਵੇ। ਇਹ ਕਹਿੰਦੀਆਂ ਨੇ ਕਿ ਜਿਹੜੀ ਕੋਈ ਵੀ ਫੈਕਟਰੀ ਉਹਦੇ ਵਿੱਚ ਜਿਹੜਾ ਮਾਹੌਲ ਹੈ ਜੀ ਸੇਫ ਹੋਣਾ ਚਾਹੀਦਾ ਜਿੱਥੇ ਵਰਕਰ ਕੰਮ ਕਰਦੇ ਹਨ। ਅਗਰ ਇੱਕ ਵਰਕਰ ਵੀ ਜਿਹੜਾ ਹੈ ਜੀ ਉਹ ਬਿਮਾਰ ਹੋ ਜਾਂਦਾ ਹੈ, ਤੋ ਬਾਕੀ ਸਾਰਿਆਂ ਦੇ ਵਾਸਤੇ ਖਤਰਾ ਬਣ ਸਕਦਾ ਹੈ। ਬਾਕੀ ਬੱਚਿਆਂ ਦੇ ਸਕੂਲ ਜਿਹੜੇ ਕੱਲ ਤੋਂ ਸ਼ੁਰੂ ਹੋ ਚੁੱਕੇ ਹਨ। ਤੇ ਬੱਚਿਆਂ ਦੇ ਅਨੁਸਾਰ ਸਕੂਲ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਾਨੂੰ ਜਾਂਦੇ ਮਾਸਕ ਵਰਗਾ ਲਗਾ ਕੇ ਉਸੇ ਤਰ੍ਹਾਂ ਹੁਣ ਵੀ ਜਿਹੜਾ ਉਸੇ ਤਰ੍ਹਾਂ ਹੀ ਉਹਨਾਂ ਨੂੰ ਵੇਖਣਾ ਪੈ ਰਿਹਾ ਹੈ ਤੇ ਹੌਲੀ ਹੌਲੀ ਜਿਹੜੇ ਸਕੂਲ ਦੇ ਆਵਰਸ ਹੁਣ ਕੀ ਨਾਲ ਵੀ ਵਿਧਾਇਆ ਜਾਵੇਗਾ ਪਹਿਲੇ ਦਿਨ ਦੇ ਵਿੱਚ ਜਿਹੜੇ ਆਵਰਸ ਸਨ ਉਹ ਇਕੱਠ ਸਨ ਬਾਕੀ ਇਹਦੇ ਨਾਲ ਹੀ ਖਬਰਾਂ ਦੇ ਸੈਸ਼ਨ ਨੂੰ ਇੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਇਹ ਵੀਡੀਓ ਦੇਖੀ ਧੰਨਵਾਦ